ਗੱਲਾਂ ਤੇ ਤੁਹਾਡਾ ਸਾਰਾ ਸਾਰਿਆਂ ਦਾ ਫਿਰੋਜ਼ਪੁਰ ਵਾਲੇ ਸਾਡੇ ਮੀਡੀਆ ਸਾਥੀਆਂ ਦਾ ਤੁਸੀਂ ਆਏ ਹੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਅੱਜ ਇਹ ਸਾਡੀ ਇਸ ਸਾਲ ਦੀ ਤੀਸਰੀ NRI ਮਿਲਣੀ ਸੀਗੀ। ਪਹਿਲੀ ਮਿਲਣੀ 3 ਫਰਵਰੀ ਨੂੰ ਪਠਾਨਕੋਟ ਦੇ ਵਿੱਚ CM ਸਾਹਿਬ ਨੇ ਉਦਘਾਟਨ ਕੀਤਾ ਸੀਗਾ। ਦੂਜੀ ਮਿਲਣੀ ਜਿਹੜੀ 9 ਤਰੀਕ ਨੂੰ ਉਹ ਨਵਾਂਸ਼ਹਿਰ ਦੇ ਵਿੱਚ ਸੀਗੀ ਅਤੇ ਅੱਜ ਤੀਸਰੀ ਫਿਰੋਜ਼ਪੁਰ ਦੇ ਵਿੱਚ ਹੈ। ਔਰ ਚੌਥੀ ਮਿਲਣੀ ਜਿਹੜੀ ਆ ਉਹ ਪਰਸੋਂ ਧੂਰੀ ਦੇ ਵਿੱਚ ਸੰਗਰੂਰ ਦੇ ਵਿੱਚ ਹੈ। ਅੱਜ ਸਾਡੇ ਕੋਲ ਮਤਲਬ ਜਿਹੜੇ 55 ਕੇਸ ਟੋਟਲ ਆਏ, ਅਸੀਂ 55 ਕੇਸ ਹੱਲ ਕਰਨ ਵਾਸਤੇ ਆਪਣੇ ਅਫਸਰਾਂ ਦੀ ਡਿਊਟੀ ਲਾਈ ਆ। ਔਰ ਜਿਹੜੇ 3 ਫਰਵਰੀ ਨੂੰ ਕੇਸ ਆਏ ਸੀਗੇ, ਫਿਰ 9 ਨੂੰ ਆਏ ਸੀਗੇ, ਉਹ ਵੀ ਸਾਰੇ ਕੇਸ ਸਾਡੇ ਪ੍ਰੋਸੈਸ ਦੇ ਵਿੱਚ ਹੈ। ਕੁਛ ਕੇਸ ਜਿਹੜੇ ਹੱਲ ਹੋ ਗਏ ਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਅਸੀਂ ਪਿਛਲੇ ਸਾਲ NRI ਮਿਲਨੀਅਸ ਕੀਤੀ ਆ, ਉਦੋਂ 5 ਕੀਤੀਆਂ ਸੀਗੀਆਂ। ਉਦੋਂ ਉਹ ਸਾਡੇ ਕੋਲ 605 ਕੇਸ ਆਏ ਸੀਗੇ ਔਰ 597 ਕੇਸ ਅਸੀਂ ਹੱਲ ਕਰਦੇ ਸੀਗੇ। ਐਤਕਾ ਵੀ ਜਦੋਂ ਹੁਣ ਐਂਡ ਦੇ ਉੱਤੇ 29 ਤੋਂ ਬਾਅਦ ਐਤਕਾ 4 ਨੇ NRI ਮਿਲਨੀਅਸ, ਜਦੋਂ ਟੋਟਲ ਕੇਸਾਂ ਦੀ ਕੈਲਕੂਲੇਸ਼ਨ ਹੋ ਜੂਗੀ। ਕੁਛ ਉੱਦਾਂ ਵੀ ਕੇਸ ਆਉਂਦੇ ਆ, ਰੋਜ਼ ਮਿਲਦੇ ਆ, ਫਿਰ ਮੀਡੀਆ ਨੂੰ ਜਾਣਕਾਰੀ ਦੇਵਾਂਗੇ। ਔਰ ਜਲਦੀ ਜਿੱਦਾਂ ਅਸੀਂ ਪਹਿਲੇ ਹੱਲ ਕੀਤੇ ਆ, ਹੁਣ ਤਾਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਹ ਵੀ ਦਿਸ਼ਾ ਨਿਰਦੇਸ਼ ਦਿੱਤੇ ਆ ਕਿ ਜਦੋਂ ਕੰਪਲੇਂਟ ਆਉਂਦੀ ਹੈ NRI ਬਾਹਰਲੇ ਦੇਸ਼ ਤੋਂ ਆਉਂਦਾ, ਕੈਨੇਡਾ, ਅਮੈਰੀਕਾ, UK, ਜਿੱਥੋਂ ਵੀ ਆਉਂਦਾ, ਉਹਦੀ ਟਿਕਟ ਜਿਹੜੀ ਚੈੱਕ ਕਰਨੀ ਆ ਵੀ ਉਹ ਕਿੰਨੇ ਚਿਰ ਲਈ ਆ, ਅਤੇ ਜੇ ਕੋਰਟ ਦੇ ਵਿੱਚ ਕੇਸ ਨਹੀਂ ਗਾ ਉਹਨਾਂ ਨੂੰ ਉਹਦੇ ਉਸ ਟਾਈਮ ਦੇ ਵਿੱਚ ਉਹਨਾਂ ਦੇ ਜਾਣ ਤੋਂ ਪਹਿਲਾਂ ਹੱਲ ਕਰਨਾ। ਅੱਜ ਵੀ ਸਾਰੇ ਅਫਸਰਾਂ ਨੂੰ ਇਹੀ ਕਿਹਾ ਗਿਆ ਕਿ ਇਹਨਾਂ ਦੇ ਜਾਣ ਤੋਂ ਪਹਿਲਾਂ ਮਸਲਾ ਹੱਲ ਕਰ ਦਿਓ। ਬਸ ਇਹੀ ਆ ਕਿ ਕੇਸ ਜਿਹੜਾ ਕੋਰਟ 'ਚ ਨਹੀਂ ਹੋਣਾ ਚਾਹੀਦਾ, ਕੋਰਟਾਂ ਵਾਲਾ ਕੇਸ ਥੋੜ੍ਹਾ ਸਾਡੇ ਲਈ ਪ੍ਰੋਬਲਮ ਆਉਂਦੀ ਆ। ਬਾਕੀ ਅਸੀਂ ਵੇਖੋ ਪਿਛਲੇ 2 ਸਾਲ ਤੋਂ ਹਜ਼ਾਰਾਂ ਮਤਲਬ ਜਿਹੜੇ NRI ਵਧੋ ਆਏ, ਹਰ ਇੱਕ ਦਾ ਮਸਲਾ ਹੱਲ ਕਰਦੇ ਹਾਂ, ਹਰ ਇੱਕ ਨੂੰ ਬੇਨਤੀ ਕਰਦੇ ਹਾਂ ਕਿ ਪੰਜਾਬ ਉਹਨਾਂ ਦਾ ਪੰਜਾਬ ਹੈ, ਉਹਨਾਂ ਨੂੰ ਕਦੀ ਪੰਜਾਬ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਇੱਥੇ ਉਹਨਾਂ ਦੀ ਸੁਰੱਖਿਆ ਦੀ ਗਈ। ਮਾਨ ਸਾਹਿਬ ਨੇ ਬੜੇ ਨਿਰਦੇਸ਼ ਦਿੱਤੇ ਆ ਸਾਰੀ ਬਿਊਰੋਕ੍ਰੇਸੀ ਨੂੰ, ਸਾਨੂੰ ਸਾਰਿਆਂ ਨੂੰ, ਕਿ NRI ਭਰਾਵਾਂ ਦੀ ਜਾਇਦਾਦ ਦੀ ਵੀ ਰਾਖੀ ਕਰਨੀ ਆ, ਉਹਨਾਂ ਦੇ ਪਰਿਵਾਰਾਂ ਦੀ ਵੀ ਰਾਖੀ ਕਰਨੀ ਆ, ਜਾਨ ਮਾਲ ਦੀ ਰਾਖੀ ਕਰਨਾ ਸਾਡੀ ਡਿਊਟੀ ਆ, ਉਹ ਅਸੀਂ ਉਹ ਕਰ ਰਹੇ ਹਾਂ ਔਰ ਬਹੁਤ ਵਧੀਆ ਸਾਨੂੰ ਕਾਮਯਾਬੀ ਮਿਲੀ। ਮੰਤਰੀ ਸਾਹਿਬ, ਤੁਹਾਡਾ ਉਪਰਾਲਾ ਬਹੁਤ ਵਧੀਆ, ਲੇਕਿਨ 2 ਜਿਹੜੇ ਕੇਸ ਸੀ, ਇੱਕ ਮੋਗੇ ਦਾ, ਇੱਕ ਤਰਨਤਾਰਨ ਦਾ, 1 ਸਾਲ ਤੋਂ ਜਿਹੜਾ ਲਟਕਦਾ ਆ ਰਿਹਾ, ਅੱਜ ਵੀ ਤੁਹਾਡੇ ਕੋਲ ਆਏ ਨੇ, ਜਿਹੜਾ ਤੁਸੀਂ ਰੋਡੇ ਦੀ ਵੀ ਗੱਲ ਕਰਦੇ ਹੋ, ਇਹਨਾਂ ਕੇਸਾਂ ਦਾ ਕਾਫੀ ਅਸੀਂ ਮਸਲਾ ਹੱਲ ਕਰ ਲਿਆ, ਪਰ ਉਹ ਵੀ ਕੇਸ ਕੋਰਟ 'ਚ ਚਲ ਗਿਆ, ਇਹ ਵੀ ਤਰਨਤਾਰਨ ਵਾਲਾ ਜਿਹੜਾ ਕੋਰਟ 'ਚ ਚਲਾ ਗਿਆ। ਜਦੋਂ ਕੋਰਟ ਚੱਲ ਜਾਂਦਾ ਫਿਰ ਸਾਡਾ ਟਾਈਮ ਲੱਗ ਜਾਂਦਾ, ਉਦਾਂ ਨਹੀਂ ਟਾਈਮ ਲੱਗ ਦਿੰਦੇ। ਸਰ ਜੀ, ਮੈਂ ਤੁਹਾਨੂੰ ਦੱਸਿਆ ਕਿ ਸਾਡੇ ਕੋਲ ਜਿਹੜੀਆਂ ਪਿਛਲੀਆਂ ਮਿਲਣੀਆਂ ਸੀਗੀਆਂ, ਟੋਟਲ ਜਿਹੜੇ 605 ਕੇਸ ਆਏ ਔਰ 597 ਕੇਸ ਅਸੀਂ ਹੱਲ ਕਰਤੇ ਜਿਹੜੀਆਂ ਪਹਿਲੀਆਂ ਮਿਲਣੀਆਂ ਸੀ। ਆਹ ਜਿਹੜੀਆਂ ਮਿਲਣੀਆਂ ਇਹ ਜਦੋਂ 29 ਤਰੀਕ ਨੂੰ ਕੰਪਲੀਟ ਹੋ ਜਾਣਗੀਆਂ, ਫਿਰ ਅਸੀਂ ਸਾਰੇ ਕੇਸ ਪ੍ਰੋਸੈਸ ਦੇ ਵਿੱਚ ਦੌੜ ਨਾਲ ਪਾਈ ਜਾਂਦੇ ਹਾਂ, ਫਿਰ ਸਮਝ ਲਓ ਅਸੀਂ 2-3 ਮਹੀਨਿਆਂ ਦੇ ਵਿੱਚ ਇਹ ਸਭ ਕੰਪਲੀਟ ਕਰ ਦਿੰਦੇ ਹਾਂ। ਖਾਸ ਤੌਰ 'ਤੇ ਜਿਨ੍ਹਾਂ ਦੀਆਂ ਜਿਹੜੀਆਂ ਡੇਟਾਂ ਨੇ, ਜਿਨ੍ਹਾਂ ਨੇ ਵਾਪਸ ਜਾਣਾ, ਟਿਕਟ ਲੈ ਕੇ ਆਏ ਕਿ ਕੋਈ 1 ਮਹੀਨੇ ਦਾ ਟਾਈਮ ਹੈ, 2 ਮਹੀਨੇ ਦਾ ਟਾਈਮ, ਉਹਦੇ ਵਿੱਚ ਅਸੀਂ ਸਾਰੀਆਂ। ਸਰ, ਇੱਕ ਜਿਵੇਂ ਜੀਰੇ ਦਾ ਕੇਸ ਆਇਆ ਸੀ, ਉਹਦੇ 'ਚ ਨਰੇਸ਼ ਕਟਾਰੀਆ ਜੀ ਦਾ ਨਾਮ ਲਿਆ ਰਿਹਾ ਸੀ, ਜ਼ਿਕਰ ਕੀਤਾ ਜਾ ਨਹੀਂ ਉਹਦਾ ਕੋਈ, ਦੇਖੋ ਇਹਦਾ ਸਰ ਸਵਾਲ ਸੁਣ, ਹਾਂ ਮੈਂ ਸੁਣ ਲਿਆ, ਉਹਦਾ ਦੱਸਿਆ ਉਹਨਾਂ ਦਾ ਜ਼ਿਕਰ ਹੋ ਰਿਹਾ ਸੀ,
ਜਦੋਂ ਐਵੇਂ ਸਾਹਮਣੇ ਤੁਹਾਡੇ ਆਉਂਦੇ ਬੰਦੇ ਆ ਜਾਣਗੇ ਉਹ ਕਿਵੇਂ ਮੈਨੇਜ ਕਰਦੇ ਹੋ? ਨਹੀਂ ਨਹੀਂ, ਤੁਸੀਂ ਤੁਸੀਂ ਉਹਨਾਂ ਦੀ ਗੱਲ ਧਿਆਨ ਨਾਲ ਸੁਣੀ। ਉਹਨਾਂ ਨੇ ਕਿਹਾ ਕੇਵਲ ਜਿਹੜਾ ਜੀਰੇ ਸਾਹਿਬ ਦੇ ਕੋਈ ਬੰਦੇ ਕੋਈ ਪਿੰਡਾਂ 'ਚ ਹੋਣਗੇ। ਹੁਣ ਅਸੀਂ ਸਰ ਮਤਲਬ ਜਿੰਨੇ ਅਸੀਂ ਐੱਮ ਐੱਲ ਏ ਬੈਠੇ ਮੰਤਰੀ ਬੈਠੇ, ਮੇਰੇ ਹਲਕੇ 'ਚ 182 ਪਿੰਡ ਹੈ, ਇਹਨਾਂ ਦੇ ਹਲਕਿਆਂ 'ਚ ਕਿਤੇ 100-150 ਕੋਈ ਪਿੰਡ ਹੋਊਗਾ। ਜੇ ਕਿ ਸਪੋਰਟਰ ਨੇ ਕੋਈ ਇੱਦਾਂ ਦੀ ਗੱਲ ਕਰਤੀ ਜਾਂ ਕੋਈ ਗੱਲ ਹੋਈ ਆ, ਤਾਂ ਉਹਦੇ ਲਈ ਕੋਈ ਐੱਮ ਐੱਲ ਏ ਥੋੜ੍ਹਾ ਜੁੰਮਿਆ ਦਿਆ, ਉਹਦੇ ਲਈ ਜੇ ਐੱਮ ਐੱਲ ਏ ਉਹਨਾਂ ਦੇ ਨਾਲ ਖੜਦਾ ਫਿਰ ਜੁੰਮਿਆ ਦਿਆ। ਇੱਦਾਂ ਰੂਟੀਨ 'ਚ ਕੋਈ ਕਰ ਗਿਆ ਤਾਂ ਤੁਸੀਂ ਕਹਿ ਦਿਓ ਕਿ ਇਹ ਤਾਂ ਐੱਮ ਐੱਲ ਏ ਦੇ ਬੰਦੇ ਜੀ, ਇੱਦਾਂ ਦਾ ਕੋਈ ਨਹੀਂ ਗਾ। ਸੀ ਐੱਮ ਸਾਹਿਬ ਦੀ ਸਖ਼ਤ ਹਦਾਇਤ ਹੈ ਕਿ ਚਾਹੇ ਸਾਡੇ ਬੰਦੇ ਆ ਚਾਹੇ ਬਗਾਨੇ ਬੰਦੇ, ਐੱਨ ਆਰ ਆਈ ਦੀ ਪ੍ਰੋਪਰਟੀ ਤਾਂ ਮੈਂ ਉਹਦਾ ਦਿੱਤੇ ਜਿਹੜਾ ਤੁਸੀਂ ਕੇਸ ਕਿਹਾ, ਮੈਂ ਐੱਸ ਐੱਸ ਪੀ ਦੀ ਡਿਊਟੀ ਲਾਈ ਆ ਵੀ ਭਾਵੇਂ ਕੋਈ ਵੀ ਆ ਤੁਸੀਂ ਉਹਨੂੰ ਕਬਜ਼ਾ ਮੁਕਤ ਕਰਕੇ ਦਿਓ ਜੀ, ਬਸ। ਹਾਂ ਸਰ, ਇੱਕ ਕਿਸਾਨਾਂ ਨੂੰ ਲੈ ਕੇ ਕਿੱਦਾਂ ਦੇਖਦੇ ਹੈਗੇ ਹੋ ਕਿ ਕਿਸਾਨ ਹੁਣ? ਮੈਂ ਅੱਜ ਐੱਨ ਆਰ ਆਈ ਮਿਲ ਨਹੀਂ ਕਰਦਾ, ਮੇਰਾ ਏਜੰਡਾ ਜਿਹੜਾ ਐੱਨ ਆਰ ਆਈ ਮਿਲ ਨਹੀਂ ਦਾ। ਲੰਡਨ ਜਦੋਂ ਗਏ ਉੱਥੇ ਤੇ ਉੱਥੇ ਕੰਪਨੀ ਨਹੀਂ ਮਿਲੀ? ਹਾਂਜੀ। ਕਿੰਨੇ ਪੈਸੇ ਦਿੱਤੇ ਸੀ ਤੁਸੀਂ? ਸਰ ਜੀ 25 ਲੱਖ ਰੁਪਏ ਦਿੱਤਾ ਸੀਗਾ ਜੀ। ਅੱਛਾ, ਅਤੇ ਫਿਰ ਜਦੋਂ ਕੋਈ ਕਾਰਵਾਈ ਨਹੀਂ ਹੋਈ ਤੁਹਾਡੀ? ਨਹੀਂ ਜੀ, ਕੋਈ ਕਾਰਵਾਈ ਨਹੀਂ ਹੋ ਰਹੀ ਜੀ। ਪੈਸੇ ਵੀ ਤੁਹਾਡੇ ਵਾਪਸ? ਨਹੀਂ ਜੀ, ਕੁਛ ਵੀ ਨਹੀਂ ਹੋਇਆ ਜੀ ਹਾਲੇ ਵਾਪਸ। ਕੀ ਮੰਗ ਕਰਦੇ ਹੋ ਤੁਸੀਂ? ਅਸੀਂ ਚਾਹੁੰਦੇ ਹਾਂ ਕਿ ਜਾਂ ਤਾਂ ਮਤਲਬ ਸਾਡੀ ਪਹਿਲੀ ਗੱਲ ਤਾਂ ਪੈਸੇ ਦੀ ਮੰਗ ਹੀ ਵਾਪਸ ਹੋ ਜਾਣ। ਹਾਂ ਹਾਂਜੀ। ਤਾਂ ਅੱਜ ਤੁਸੀਂ ਕਿੱਥੇ ਆਏ ਸੀਗੇ? ਆਏ ਅਸੀਂ ਫਿਰੋਜ਼ਪੁਰ ਆਏ ਹਾਂ, ਇੱਥੇ ਜੋ ਕਿ ਵੱਡੇ ਵੱਡੇ ਮੈਂਬਰਾਂ ਦੀ ਇਕੱਠ ਹੋ ਰਿਹਾ ਜੀ। ਸੰਮੇਲਨ ਸੀ ਐੱਨ ਆਰ ਆਈ ਸੰਮੇਲਨ? ਹਾਂਜੀ। ਆਪਦੀ ਰੱਖੀ ਤੁਸੀਂ ਇੱਥੇ ਗੱਲ? ਹਾਂਜੀ ਰੱਖੀ ਸੀਗੀ। ਕੀ ਮੰਤਰੀ ਜੀ ਕੀ ਕਹਿੰਦੇ ਆ? ਮੰਤਰੀ ਸਾਹਿਬ ਕਹਿੰਦੇ ਨੇ ਕਿ ਹੁਣ ਐੱਸ ਐੱਸ ਪੀ ਫਾਜ਼ਿਲਕਾ ਮਿਲੋ ਜੀ, ਤੁਹਾਡੀ ਕਾਰਵਾਈ ਹੋਏਗੀ। ਹਾਂਜੀ। ਤਾਂ ਕਿਵੇਂ ਦੇਖਦੇ ਹੋ, ਐਵੇਂ ਦੇ ਹੋਣੇ ਚਾਹੀਦੇ ਆ ਕਿ ਇਹ ਹੱਲ ਹੋਣੇ ਚਾਹੀਦੇ ਲੋਕਾਂ ਦੇ? ਹਾਂਜੀ ਹੱਲ ਹੋਣੇ ਚਾਹੀਦੇ ਆ, ਕਿਉਂਕਿ ਸਾਰਿਆਂ ਦਾ ਹੀ ਅਲੱਗ ਅਲੱਗ ਮਸਲੇ ਹੁੰਦੇ ਆ ਜੀ। ਸਭ ਨੂੰ ਇਨਸਾਫ਼ ਮਿਲਣਾ ਚਾਹੀਦਾ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਅਸੀਮ ਆ ਜੀ। ਤੁਸੀਂ ਕਿੱਥੇ ਆਏ ਹੈਗੇ ਹੋ, ਐੱਨ ਆਰ ਆਈ ਮਿਲਣੀ ਹੈਗੀ ਆ, ਉਹ ਕਿਵੇਂ ਦੇਖਦੇ ਹੋ? ਵਧੀਆ ਸਰ, ਵੀ ਵਧੀਆ ਲੱਗਿਆ ਮੈਨੂੰ, ਵੀ ਵਧੀਆ ਸੁਣਵਾਈ ਹੋਈ ਆ ਸਾਡੀ, ਸਰਾਂ ਨੇ ਵਿਸ਼ਵਾਸ ਦਵਾਇਆ ਕਿ ਇੱਕ ਵੀਕ 'ਚ ਤੁਹਾਡਾ ਜੋ ਵੀ ਮਸਲਾ ਉਹ ਹੱਲ ਕਰ ਦਿੱਤਾ। ਤੁਸੀਂ ਅੰਦਰ ਗੱਲ ਕਰ ਰਹੇ ਹੈਗੇ ਸੀਗੇ ਤਾਂ ਉਹਨਾਂ ਨੇ ਅਧਿਕਾਰੀਆਂ ਨੂੰ ਵੀ ਫਟਕਾਰ ਲਗਾਈ ਕਿ ਕਿਉਂ ਨਹੀਂ ਕੀਤਾ ਗਿਆ? ਹਾਂਜੀ ਵਧੀਆ ਲੱਗਿਆ, ਵਧੀਆ ਲੱਗਿਆ, ਸਰਾਂ ਨੇ ਕਿਹਾ ਕਿ ਇਹਨਾਂ ਦਾ ਕੰਮ ਕੀਤਾ ਜਾਓ। ਮੇਰੇ ਪੇਕੇ ਪਿੰਡ ਦੇ ਘਰਦਾ ਰੌਲਾ ਜਮਿੰਦਰ ਰੌਲਾ, ਉਹਦੇ 'ਤੇ ਉਹਨਾਂ ਨੇ ਕਿਹਾ ਵਾ ਵੀ ਤੁਸੀਂ ਜਲਦੀ ਤੋਂ ਜਲਦੀ ਇਹਦਾ ਮਸਲੇ ਦਾ ਹੱਲ ਕਰੋ। ਸਾਡੇ ਮੇਰੇ ਨਾਲ ਰਜਿਸਟਰੀ ਆ ਕਹਿੰਦਾ, ਮੇਰੇ ਡੈਡੀ ਦਾ ਘਰ ਸੀ, ਮੇਰੀ ਮੰਮੀ ਦਾ ਘਰ ਸੀਗਾ, ਕਹਿੰਦਾ ਉਹ ਸਾਡੇ ਨੂੰ ਚੜ ਚੁੱਕਿਆ, ਰਜਿਸਟਰੀ ਸਾਡੇ ਨਾਂ ਆ ਉਹ ਘਰ ਦੀ। ਅਤੇ ਸਰਾਂ ਨੇ ਕਿਹਾ ਵਾ ਵੀ ਇਹਨਾਂ ਦਾ ਹੁਣ ਵੀ ਕੱਲ੍ਹ ਉਹਨਾਂ 'ਤੇ 57 ਲਾ ਕੇ ਉਹਨਾਂ ਨੂੰ ਅੰਦਰ ਕਰੋ, ਅਪਰਾਧਕਾਂ ਨੂੰ ਤਾਂ ਇਹਨਾਂ ਦੇ ਕੰਧ ਖੜਾ ਦਿੱਤੀ ਜਾਵੇ। ਮਸਲਾ ਕੰਧ ਦਾ ਘਰ ਦਾ, ਉਹ ਕੰਧ ਹਟਾ ਦਿੰਦੇ ਆ ਗੁਆਂਢੀ। ਕੈਬਨਿਟ ਮੰਤਰੀ ਨੇ ਕੀ ਕਿਹਾ ਅਧਿਕਾਰੀਆਂ? ਉਹਨਾਂ ਨੇ ਇਹੀ ਕਿਹਾ ਕਿ ਇੱਕ ਵੀਕ ਦੇ ਅੰਦਰ ਇਹਨਾਂ ਦਾ ਸਾਰੇ ਵੀ ਮਸਲੇ ਦਾ ਹੱਲ ਕਰ ਦਿੱਤਾ ਜਾਵੇ, ਅਤੇ ਉਹਨਾਂ ਨੂੰ 57 ਲਾ ਕੇ ਜਿਹੜੇ ਬੰਦੇ ਇਹਨਾਂ ਨੂੰ ਹਰਾਸ ਕਰ ਰਹੇ ਉਹਨਾਂ ਨੂੰ ਅੰਦਰ ਕੀਤਾ ਜਾਵੇ, ਅਤੇ ਇਹਨਾਂ ਦੇ ਕੰਧ ਹਟਾ ਦੀਆਂ ਮਿਲਣੀਆਂ ਹੋਣੀਆਂ ਚਾਹੀਦੀਆਂ ਸਰਕਾਰ ਨੂੰ। ਜ਼ਰੂਰ ਹੋਣੀਆਂ ਚਾਹੀਦੀਆਂ, ਕਿਉਂਕਿ ਅਸੀਂ ਜਿਹੜੇ ਧੱਕੇ ਖਾਂਦੇ ਤੁਰੇ ਫਿਰਦੇ ਹਾਂ, ਅਸੀਂ ਪ੍ਰਸ਼ਾਸਨ ਸਾਡੀ ਸੁਣ ਨਹੀਂ ਰਿਹਾ, ਅਤੇ ਸਰ ਸਾਡੀ ਸੁਣ ਰਹੇ ਆ, ਅਤੇ ਵਧੀਆ ਲੱਗ ਰਿਹਾ ਕਿ ਸਾਨੂੰ ਸ਼ਾਇਦ ਉਮੀਦ ਆ ਸਾਨੂੰ ਕਿ ਸਾਡੇ ਜੋ ਵੀ ਕਿਹਾ ਅਤੇ ਉਹ 'ਤੇ ਖਰੇ ਉਤਰਨਗੇ। ਕੀ ਨਾਮ ਹੈ ਮੈਮ ਤੁਹਾਡਾ? ਸਿੰਦਰਪਾਲ ਸਿੰਘ। ਥੈਂਕ ਯੂ। ਕੀ ਆਏ ਹੈਗੇ ਹੋ ਔਰ ਕੀ ਹੋਇਆ? ਅਸੀਂ ਐੱਨ ਆਰ ਆਈ ਸੰਮੇਲਨ 'ਚ ਆਏ ਹਾਂ ਜੀ। ਸਾਡੇ ਬ੍ਰਦਰ ਮਤਲਬ ਕਿ ਮਿਸਿੰਗ ਆ, ਉਹ ਲੱਭ ਨਹੀਂ ਰਿਹਾ, ਉਸ ਕੋਈ ਸੁਣਵਾਈ ਨਹੀਂ ਕਰ ਰਹੀ ਸੀ। ਮੇਰੇ ਬ੍ਰਦਰ ਨੇ ਫਿਰ ਉੱਥੋਂ ਮਤਲਬ ਕਿ ਕੰਪਲੇਂਟ ਪਾਈ ਇਹਨਾਂ ਨੂੰ, ਐੱਨ ਆਰ ਆਈ ਮੰਤਰੀ ਸਾਹਿਬ ਨੂੰ, ਅਤੇ ਇਸ ਦੀ ਭਾਲ ਕੀਤੀ ਜਾਵੇ। ਕਿੱਥੋਂ ਕੰਪਲੇਂਟ ਪਾਈ ਹੈ? ਉੱਥੋਂ ਕਨੇਡਾ ਤੋਂ ਜੀ। ਅੱਛਾ, ਮਿਸਿੰਗ ਕੌਣ ਹੈਗਾ? ਬ੍ਰਦਰ ਹੈ ਜੀ ਮੇਰਾ। ਅੱਛਾ। ਹਾਂਜੀ, ਉਹਨਾਂ ਦੇ ਵੀ ਉਹ ਵੀ ਬ੍ਰਦਰ ਹੀ ਹੈ ਮੇਰਾ, ਜਿਨ੍ਹਾਂ ਨੇ ਕੰਪਲੇਂਟ ਲਿਖੀ ਹੈ ਜੀ ਮੰਤਰੀ ਸਾਹਿਬ ਨੂੰ। ਅੱਛਾ, ਅਤੇ ਕੀ ਹੁਣ ਇੱਥੇ ਕੀ ਗੱਲ ਹੋਈ ਹੈ? ਇਸ ਤਰ੍ਹਾਂ ਜੀ,
ਸਾਡੇ ਲੋਹੀਆਂ ਦੇ ਡੇਰਾ ਹੈ ਜੀ, ਉੱਥੇ ਉੱਥੇ ਅਸੀਂ ਜਾਂਦੇ ਸੀਗੇ, ਬ੍ਰਦਰ ਮੇਰਾ ਵੀ ਉੱਥੇ ਸੀਗਾ। ਉੱਥੇ ਕਿਸੇ ਸੰਤ ਨੂੰ ਉਹਨਾਂ ਨੇ ਕੁੱਟਿਆ ਸੀ, ਇੰਨਾ ਕੁੱਟਿਆ ਕਿ ਉਹਦੀ ਡੈਥ ਹੋ ਗਈ। ਉਹਦੇ ਪਰੂਫ ਉਹਦੇ ਕੋਲ ਸੀਗੇ, ਉਹਨੇ ਮਤਲਬ ਕਿ ਕੰਪਲੀਟ ਕੀਤੀ ਵੀ ਇਹ ਨਜਾਇਜ਼ ਗਲਤ ਹੋਇਆ ਇਹ, ਅਤੇ ਇਸ ਕਰਕੇ ਉਹ ਇਹਦੇ ਮਗਰ ਪੈ ਗਏ। ਪੁਲਿਸ ਨੂੰ ਵੀ ਲੈ ਕੇ ਆਏ, ਪੁਲਿਸ ਨੂੰ ਪੈਸਾ ਦਿੱਤਾ, ਧੱਕੇ ਨਾਲ ਇੱਥੇ ਆਏ, ਧੱਕੇ ਨਾਲ ਉਹਨੂੰ ਲੈ ਕੇ ਗਏ ਆ। ਹੁਣ ਇਹ ਨਹੀਂ ਪਤਾ ਸਾਨੂੰ ਪੁਲਿਸ ਕੋਲ ਆ ਕਿ ਵੀ ਉਹ ਬਾਬੇ ਕੋਲ ਆ ਬ੍ਰਦਰ ਸਾਡਾ। ਤਾਂ ਹੁਣ ਕੀ ਇਨਸਾਫ ਦੀ ਮੰਗ ਕੀਤੀ ਤੁਸੀਂ? ਸਾਨੂੰ ਬ੍ਰਦਰ ਸਾਡਾ ਲੱਭ ਕੇ ਦਿੱਤਾ ਜਾਵੇ। ਕੀ ਨਾਮ ਹੈ, ਕਿਹੜੇ ਹਲਕੇ ਤੋਂ? ਸਤੀਸ਼ ਕੁਮਾਰ, ਜੀਰੇ ਤੋਂ, ਡਿਸਟ੍ਰਿਕਟ ਫਿਰੋਜ਼ਪੁਰ।